ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਚੁੱਕੀਆਂ ਨੇ ਤੇ ਪੰਚਾਂ ਸਰਪੰਚਾਂ ਦੀ ਚੋਣ ਹੋ ਚੁੱਕੀ ਹੈ। ਇਸੇ ਵਿਚਕਾਰ ਹੁਣ ਕਾਫੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ। ਦੱਸ ਦਈਏ ਕਿ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਸਰਪੰਚੀ ਦੇ ਉਮੀਦਵਾਰ ਨੇ ਵੋਟਾਂ ਦੀ ਗਿਣਤੀ ਦੇ ਵੇਲੇ ਬੈਲਟ ਪੇਪਰ ਹੀ ਪਾੜ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਆਪਣੀ ਹਾਰ ਜੋ ਹੈ ਉਹ ਨਾ ਮਨਜ਼ੂਰ ਹੋ ਰਹੀ ਸੀ ਤੇ ਵਾਰ-ਵਾਰ ਇਹ ਵੋਟਾਂ ਦੀ ਗਿਣਤੀ ਕਰਵਾ ਰਿਹਾ ਸੀ ਤੇ ਵੋਟਾਂ ਦੀ ਗਿਣਤੀ ਕਰਦੇ-ਕਰਦੇ ਜੋ ਉੱਥੇ ਸਟਾਫ ਸੀ ਉਸ ਨੂੰ ਰਾਤ ਹੋ ਗਈ ਸੀ। ਅੰਤ ਦੇ ਵਿੱਚ ਜਦੋਂ ਆਖਰੀ ਵਾਰ ਉਹਨਾਂ ਨੇ ਵੋਟਾਂ ਦੀ ਗਿਣਤੀ ਕਰਨ ਲੱਗੇ ਤਾਂ ਇਸ ਜੋ ਸਰਪੰਚੀ ਦਾ ਉਮੀਦਵਾਰ ਸੀ ਜੋ ਬਿਲਕੁਲ ਨਾਲ ਬੈਠਾ ਸੀ ਉਸਨੇ ਚੱਕ ਕੇ ਬੈਲਟ ਪੇਪਰ ਹੀ ਪਾੜ ਦਿੱਤੇ। ਹਾਲਾਂਕਿ ਜਿਵੇਂ ਹੀ ਉਸਦੇ ਵੱਲੋਂ ਬੈਲਟ ਪੇਪਰ ਪਾੜੇ ਜਾਣ ਲੱਗੇ ਤਾਂ ਮੌਕੇ ਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਦੱਸ ਦਈਏ ਕਿ ਇਹ ਵਾਇਰਲ ਵੀਡੀਓ ਤਲਵੰਡੀ ਸਾਬੋ ਦੇ ਪਿੰਡ ਲਾਲੇਆਣੇ ਦੀ ਹੈ ਜਿਸ ਵਿੱਚ ਉਮੀਦਵਾਰ ਗੁਰਜੰਟ ਸਿੰਘ ਸਰਪੰਚ ਦਾ ਉਮੀਦਵਾਰ ਸੀ ਜੋ ਕਿ ਵੋਟਾਂ ਵਿੱਚ ਪਿੱਛੇ ਰਹਿਣ ਕਰਕੇ ਵਾਰ ਵਾਰ ਗਿਣਤੀ ਕਰਵਾ ਰਿਹਾ ਸੀ ਜਿਸ ਨੂੰ ਦੇਖਦਿਆਂ ਜ਼ਿਲ੍ਹਾ ਬਠਿੰਡਾ ਦੇ SSP ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਪਿੰਡ ਲਾਲੇਆਣੇ ਦੇ ਬੂਥ ਤੇ ਤੈਨਾਤ ਕਰ ਦਿੱਤੀ। ਗਿਣਤੀ ਕਰਦਿਆਂ ਨੂੰ ਸਵੇਰ ਦੇ 3 ਵੱਜ ਗਏ ਸਨ ਜਦੋਂ ਆਖਿਰ ਤੇ ਇਸ ਦੀਆਂ ਵੋਟਾਂ ਦੂਸਰੇ ਸਰਪੰਚੀ ਦੇ ਉਮੀਦਵਾਰ ਬੁੱਟਾ ਸਿੰਘ ਤੋਂ ਘਟ ਜਾਂਦੀਆਂ ਸਨ ਤਾਂ ਇਸ ਨੇ ਮੌਕਾ ਦੇਖਦੇ ਹੀ ਆਖਰੀ ਵਾਰ ਬੈਲਟ ਪੇਪਰ ਪਾੜਨ ਹੀ ਲੱਗ ਗਿਆ ਜਿਸ ਨੂੰ ਤੁਰੰਤ ਮੌਕੇ ਤੇ ਪੁਲਿਸ ਨੇ ਕਾਬੂ ਕਰਕੇ ਆਪਣੇ ਗ੍ਰਿਫਤ ਵਿੱਚ ਲੈ ਲਿਆ ਅਤੇ ਦੂਸਰੇ ਸਰਪੰਚੀ ਦੇ ਉਮੀਦਵਾਰ ਬੁੱਟਾ ਸਿੰਘ ਨੂੰ 88 ਵੋਟਾਂ ਤੋਂ ਜੇਤੂ ਕਰਾਰ ਦੇ ਦਿੱਤਾ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਚੁੱਕੀਆਂ ਨੇ ਤੇ ਪੰਚਾਂ ਸਰਪੰਚਾਂ ਦੀ ਚੋਣ ਹੋ ਚੁੱਕੀ ਹੈ। ਇਸੇ ਵਿਚਕਾਰ ਹੁਣ ਕਾਫੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ। ਦੱਸ ਦਈਏ ਕਿ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਸਰਪੰਚੀ ਦੇ ਉਮੀਦਵਾਰ ਨੇ ਵੋਟਾਂ ਦੀ ਗਿਣਤੀ ਦੇ ਵੇਲੇ ਬੈਲਟ ਪੇਪਰ ਹੀ ਪਾੜ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਆਪਣੀ ਹਾਰ ਜੋ ਹੈ ਉਹ ਨਾ ਮਨਜ਼ੂਰ ਹੋ ਰਹੀ ਸੀ ਤੇ ਵਾਰ-ਵਾਰ ਇਹ ਵੋਟਾਂ ਦੀ ਗਿਣਤੀ ਕਰਵਾ ਰਿਹਾ ਸੀ ਤੇ ਵੋਟਾਂ ਦੀ ਗਿਣਤੀ ਕਰਦੇ-ਕਰਦੇ ਜੋ ਉੱਥੇ ਸਟਾਫ ਸੀ ਉਸ ਨੂੰ ਰਾਤ ਹੋ ਗਈ ਸੀ। ਅੰਤ ਦੇ ਵਿੱਚ ਜਦੋਂ ਆਖਰੀ ਵਾਰ ਉਹਨਾਂ ਨੇ ਵੋਟਾਂ ਦੀ ਗਿਣਤੀ ਕਰਨ ਲੱਗੇ ਤਾਂ ਇਸ ਜੋ ਸਰਪੰਚੀ ਦਾ ਉਮੀਦਵਾਰ ਸੀ ਜੋ ਬਿਲਕੁਲ ਨਾਲ ਬੈਠਾ ਸੀ ਉਸਨੇ ਚੱਕ ਕੇ ਬੈਲਟ ਪੇਪਰ ਹੀ ਪਾੜ ਦਿੱਤੇ। ਹਾਲਾਂਕਿ ਜਿਵੇਂ ਹੀ ਉਸਦੇ ਵੱਲੋਂ ਬੈਲਟ ਪੇਪਰ ਪਾੜੇ ਜਾਣ ਲੱਗੇ ਤਾਂ ਮੌਕੇ ਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਦੱਸ ਦਈਏ ਕਿ ਇਹ ਵਾਇਰਲ ਵੀਡੀਓ ਤਲਵੰਡੀ ਸਾਬੋ ਦੇ ਪਿੰਡ ਲਾਲੇਆਣੇ ਦੀ ਹੈ ਜਿਸ ਵਿੱਚ ਉਮੀਦਵਾਰ ਗੁਰਜੰਟ ਸਿੰਘ ਸਰਪੰਚ ਦਾ ਉਮੀਦਵਾਰ ਸੀ ਜੋ ਕਿ ਵੋਟਾਂ ਵਿੱਚ ਪਿੱਛੇ ਰਹਿਣ ਕਰਕੇ ਵਾਰ-ਵਾਰ ਗਿਣਤੀ ਕਰਵਾ ਰਿਹਾ ਸੀ ਜਿਸ ਨੂੰ ਦੇਖਦਿਆਂ ਜ਼ਿਲ੍ਹਾ ਬਠਿੰਡਾ ਦੇ SSP ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਪਿੰਡ ਲਾਲੇਆਣੇ ਦੇ ਬੂਥ ਤੇ ਤੈਨਾਤ ਕਰ ਦਿੱਤੀ। ਗਿਣਤੀ ਕਰਦਿਆਂ ਨੂੰ ਸਵੇਰ ਦੇ 3 ਵੱਜ ਗਏ ਸਨ ਜਦੋਂ ਆਖਿਰ ਤੇ ਇਸ ਦੀਆਂ ਵੋਟਾਂ ਦੂਸਰੇ ਸਰਪੰਚੀ ਦੇ ਉਮੀਦਵਾਰ ਬੁੱਟਾ ਸਿੰਘ ਤੋਂ ਘਟ ਜਾਂਦੀਆਂ ਸਨ ਤਾਂ ਇਸ ਨੇ ਮੌਕਾ ਦੇਖਦਿਆਂ ਹੀ ਆਖਰੀ ਵਾਰ ਬੈਲਟ ਪੇਪਰ ਪਾੜਨ ਹੀ ਲੱਗ ਗਿਆ ਜਿਸ ਨੂੰ ਤੁਰੰਤ ਮੌਕੇ ਤੇ ਪੁਲਿਸ ਨੇ ਕਾਬੂ ਕਰਕੇ ਆਪਣੇ ਗ੍ਰਿਫਤ ਵਿੱਚ ਲੈ ਲਿਆ ਅਤੇ ਦੂਸਰੇ ਸਰਪੰਚੀ ਦੇ ਉਮੀਦਵਾਰ ਬੁੱਟਾ ਸਿੰਘ ਨੂੰ 88 ਵੋਟਾਂ ਤੋਂ ਜੇਤੂ ਕਰਾਰ ਦੇ ਦਿੱਤਾ।